ਅੰਦੋਲਨਕਾਰੀਆਂ ਨੂੰ ਤੇ ਨਾਲ ਹੀ ਮੈਂ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਮੋਦੀ ਜੀ ਨੂੰ ਬੇਨਤੀ ਕਰਦੀ ਹਾਂ ਕਿ ਪਿਛਲੇ 6 ਵਰਿਆਂ ਤੋਂ ਤੁਸੀਂ ਕੇਵਲ ਮਨ ਕੀ ਬਾਤ ਹੀ ਕਰੀ ਜਾ ਰਹੇ ਹੋ, ਕਦੇ ਆਮ ਜਨ ਸਧਾਰਨ ਦੇ ਦਿਲ ਕੀ ਬਾਤ ਸੁਣਨ ਦਾ ਵੀ ਯਤਨ ਕਰੋ। ਅੱਜ ਸਮੁੱਚੇ ਦੇਸ਼ ਦੇ ਕਿਸਾਨ ਹੀ ਨਹੀਂ ਸਗੋਂ ਪਿੰਡੂ ਅਤੇ ਸ਼ਹਿਰੀ, ਆੜ੍ਹਤੀ, ਵਪਾਰੀ, ਬੁੱਧੀਜੀਵੀ, ਲਿਖਾਰੀ, ਅਰਥ ਸ਼ਾਸਤਰੀ, ਕਿਰਤੀ, ਮਜ਼ਦੂਰ, ਢਾਡੀ, ਕਵੀਸ਼ਰ, ਗਾਇਕ, ਕਲਾਕਾਰ, ਸਾਬਕਾ ਫੌਜੀ ਅਤੇ ਪੁਲਿਸ ਅਫਸਰ, ਡਾਕਟਰ, ਇੰਜੀਨੀਅਰ, ਵਕੀਲ, ਸਮਾਜ ਸੇਵੀ ਮਹਾਂਪੁਰਸ਼, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਗੱਲ ਕਿ ਹਰ ਵਰਗ ਹੀ ਇਸ ਅੰਦੋਲਨ ਦੀ ਹਮਾਇਤ ਵਿੱਚ ਆਣ ਖੜੋਤਾ ਹੈ। ਬੇਸ਼ੱਕ ਤੁਹਾਡੀ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਨੇ ਇਹਨਾਂ ਗਰੀਬ ਕਿਸਾਨਾਂ ਨੂੰ ਦਲਾਲ, ਵਿਚੋਲੀਏ, ਨਕਸਲੀ, ਮਾਓਵਾਦੀ, ਅੱਤਵਾਦੀ, ਖਾਲਿਸਤਾਨੀ, ਪਾਗਲ, ਝੋਟੇ ਤੇ ਦੇਸ਼ ਧਰੋਹੀ ਵਰਗੇ ਘਟੀਆ ਖਿਤਾਬ ਦੇ ਕੇ ਹੀ ਨਹੀਂ ਨਿਵਾਜਿਆ, ਸਗੋਂ ਇਸ ਦੇ ਨਾਲ ਹੀ ਕਦੇ ਦਲਿਤ ਪੱਤਾ ਖੇਡਣ ਦੀ ਚਾਲ, ਕਦੇ ਕਿਸਾਨਾਂ 'ਚ ਗਲਤ ਅੰਸਰ ਵਾੜ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਕਿਤੇ ਜਲ ਤੋਪਾਂ ਦੀ ਬੁਛਾਰ, ਕਿਤੇ ਅਥਰੂ ਗੈਸ, ਕਿਤੇ ਪੰਜਾਬ ਤੇ ਹਰਿਆਣਾ ਵਿੱਚ ਫੁੱਟ ਪਾ ਕੇ ਇਸ ਸੰਘਰਸ਼ ਨੂੰ ਫੇਲ ਕਰਨ ਲਈ SYL ਨਹਿਰ ਦਾ ਮੁੱਦਾ ਉਛਾਲਣਾ, ਕਿਤੇ ਕਲਾਕਾਰਾਂ ਤੇ ED ਤੇ ਇਨਕਮ ਟੈਕਸ ਦੇ ਰੇਡ ਕਰਵਾਉਣੇ। ਮੈਂ ਕਿਹਾ ਤੁਹਾਡਾ ਗੋਦ ਲਿਆ ਵਕਾਊ ਮੀਡੀਆ ਤੁਹਾਡੇ ਲੱਖ ਯਤਨਾਂ ਦੇ ਬਾਵਜੂਦ ਵੀ ਇਸ ਸੰਘਰਸ਼ ਨੂੰ ਫੇਲ ਨਹੀਂ ਕਰ ਸਕਿਆ, ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਿਆ। ਪਰ ਯਾਦ ਰੱਖੋ ਮੋਦੀ ਸਾਹਿਬ, ਅਸੀਂ ਗੁਰੂ ਗੋਬਿੰਦ ਸਿੰਘ ਦੇ ਬਹਾਦਰ ਪੰਜਾਬੀ ਪੁੱਤਰ ਨਾ ਤਾਂ ਕਿਸੇ ਤੇ ਵਾਅਦਾ ਕਰਦੇ ਹਾਂ ਤੇ ਨਾ ਹੀ ਕਿਸੇ ਦਾ ਜ਼ੁਲਮ ਬਰਦਾਸ਼ਤ ਕਰਦੇ ਹਾਂ। ਅਸੀਂ ਇਨਕਲਾਬੀਆਂ ਦੀ ਧਰਤੀ ਤੇ ਜਾਏ ਅਣਖੀ ਪੰਜਾਬੀ ਆਪਣੇ ਹੱਕ ਸੱਚ ਨਿਆਂ ਲਈ ਜੂਝਣਾ ਜਾਣਦੇ ਹਾਂ। ਅਸੀਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭੇ ਵਰਗੀਆਂ ਦੀ ਸੋਚ ਦੇ ਧਾਰਨੀ ਹਾਂ। ਗੌਰ ਫਰਮਾਉਣਾ, ਲੋਕ ਦਿਲਾਂ ਤੇ ਰਾਜ ਕਰਨ ਵਾਲਾ ਉਹ ਵੀ ਇੱਕ ਦਰਵੇਸ਼ ਬਾਦਸ਼ਾਹ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹੜਾ ਕਿਸੇ ਗਰੀਬ ਮੋਚੀ ਦੇ ਅੱਖਾਂ 'ਚ ਆਏ ਹੰਝੂ ਤੱਕ ਕੇ ਆਪਣੇ ਸਿਰ ਤੇ ਦਾਣਿਆਂ ਦੀ ਪੰਡ ਚੱਕ ਕੇ ਉਸ ਗਰੀਬ ਮੋਚੀ ਦੇ ਘਰ ਤੱਕ ਪਹੁੰਚਾ ਕੇ ਆਇਆ ਸੀ। ਪਰ ਮੋਦੀ ਸਾਹਿਬ, ਤੁਸੀਂ ਇੰਨੇ ਨਿਰਦਈ ਕਿਉਂ ਹੋ ਗਏ ਕਿ ਕਿਤੇ ਛੋਟੇ ਛੋਟੇ ਮਾਸੂਮ ਬੱਚੇ ਤੇ ਕਿਤੇ 90-90 ਵਰਿਆਂ ਦੇ ਬਜ਼ੁਰਗ ਬਾਪੂ ਤੇ ਬਿਰਧ ਮਾਤਾਵਾਂ ਪਿਛਲੇ 1 ਮਹੀਨੇ ਤੋਂ ਕਹਿਰਾਂ ਦੀ ਸਰਦੀ 'ਚ ਖੁੱਲ੍ਹੇ ਆਕਾਸ਼ ਥੱਲੇ ਕਈ ਤਰ੍ਹਾਂ ਦੇ ਦੁੱਖ ਹੀ ਨਹੀਂ ਸਹਾਰ ਰਹੇ, ਸਗੋਂ 40 ਤੋਂ ਵੱਧ ਕਿਸਾਨ ਵੀਰ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਚੁੱਕੇ ਹਨ। ਮੈਂ ਸੱਚਮੁੱਚ ਹੈਰਾਨ ਹਾਂ ਕਿ ਮੋਦੀ ਸਾਹਿਬ ਤੁਹਾਡਾ ਨਿਰਦਈ ਤੇ ਪੱਥਰ ਹਿਰਦਾ ਅੱਜ ਕਿਉਂ ਨਹੀਂ ਭੇਜਦਾ। ਤੁਸੀਂ ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਤਾਂ ਜਾ ਸਕਦੇ ਹੋ, ਪਰ ਆਪਣੀਆਂ ਦਹਿਲੀਜ਼ਾਂ ਤੇ ਬੈਠੇ ਲੱਖਾਂ ਕਸ਼ਟ ਝੱਲ ਰਹੇ ਇਹਨਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਤੁਹਾਨੂੰ ਘੁੰਡ ਕਿਉਂ ਕੱਢਣਾ ਪੈਂਦਾ ਹੈ? ਉਹ ਤੁਹਾਨੂੰ ਸ਼ਰਮ ਕਿਉਂ ਆਉਂਦੀ ਹੈ? ਇੰਟਰਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਬੇਨਤੀ ਕਰੂੰਗੀ ਕਿ ਇੰਟਰਨੈਸ਼ਨਲ ਲੈਵਲ ਤੇ ਤੁਹਾਡਾ ਬਹਰੂਪੀਆ ਚਿਹਰਾ ਉਦੋਂ ਨੰਗਾ ਹੋ ਜਾਂਦਾ ਹੈ ਜਦੋਂ ਇੱਕ ਪਾਸੇ ਤਾਂ ਤੁਸੀਂ ਇਹਨਾਂ ਤਿੰਨਾਂ ਕਾਲੇ ਕਾਨੂੰਨਾਂ 'ਚ ਹੋਈਆਂ ਗਲਤੀਆਂ ਨੂੰ ਸੁਧਾਰਨ ਲਈ ਵੀ ਤਿਆਰ ਹੋ ਜਾਂਦੇ ਹੋ ਤੇ ਦੂਜੇ ਪਾਸੇ ਦਿਨ ਰਾਤ ਇਹਨਾਂ ਕਾਨੂੰਨਾਂ ਦੇ ਗੁਣ ਵੀ ਗਾਇਨ ਕਰੀ ਜਾ ਰਹੇ ਹੋ। ਐਡੇ ਵੱਡੇ ਡੈਮੋਕ੍ਰੈਟਿਕ ਕੰਟਰੀ ਦੇ ਮੁਖੀ ਪ੍ਰਧਾਨ ਮੰਤਰੀ ਦਾ ਇਹ ਕੈਸਾ ਕਿਰਦਾਰ ਹੈ, ਇਹ ਕੈਸਾ ਚਿਹਰਾ ਹੈ? ਪਰ ਯਾਦ ਰੱਖੋ, ਇਤਿਹਾਸ ਕਦੇ ਕਿਸੇ ਨੂੰ ਮੁਆਫ਼ ਨਹੀਂ ਕਰਦਾ। ਕਿੱਥੇ ਹਨ ਅੱਜ ਸਿਕੰਦਰ, ਅਲਾਉਦੀਨ ਖਿਲਜੀ, ਚੰਗੇਜ਼ ਖਾਨ, ਹਲਾਕੂ ਖਾਨ, ਔਰੰਗਜ਼ੇਬ ਤੇ ਹਿਟਲਰ ਵਰਗੇ ਜ਼ਾਲਮ ਕੱਟੜ ਸ਼ਕਤੀਸ਼ਾਲੀ ਬਾਦਸ਼ਾਹ? ਉਹ ਹਕੂਮਤਾਂ ਤੇ ਤਾਕਤਾਂ ਸਦਾ ਕਾਇਮ ਨਹੀਂ ਰਹਿੰਦੀਆਂ, ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ, ਕਦਰ ਜ਼ਿੰਦਗੀ ਦੀ ਉਹ ਪਾ ਸਕੇ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜਾਏ, ਪੈਣਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ। ਬੇਨਤੀ ਹੈ ਮੋਦੀ ਸਾਹਿਬ, ਡਰੋ 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 ਉਸ ਰੱਬ ਤੋਂ ਤੇ ਇਹਨਾਂ ਗਰੀਬ ਕਿਰਤੀਆਂ ਦੀ ਆਹ ਤੋਂ। ਤੇ ਆਖਿਰ ਵਿੱਚ ਇੱਕ ਵਾਰੀ ਫੇਰ ਮੈਂ ਸਾਰੇ ਸੂਝਵਾਨ ਕਿਸਾਨ ਵੀਰਾਂ ਤੇ ਕਲਾਕਾਰ ਵੀਰਾਂ ਤੇ ਸਾਰੇ ਸ਼ਾਂਤਮਈ ਅੰਦੋਲਨਕਾਰੀਆਂ ਨੂੰ ਮੇਰਾ ਸ਼ਰਧਾ ਭਰਿਆ ਸਲਿਊਟ ਪੇਸ਼ ਕਰਦੀ ਹਾਂ ਤੇ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।